ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਵੀ ਕਿਵੇਂ ਬਿਜ਼ਨਸ ਸਟਾਰਟ ਕਰ ਸਕਦੇ ਹੋ ਸੂਟਾਂ ਦਾ ਜਿਸ ਲਈ ਤੁਹਾਨੂੰ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨਾ ਹੈਗਾ ਜੀ ਤੁਸੀਂ ਕੇਵਲ 25 ਤੋਂ 30000 ਰੁਪਏ ਦੇ ਨਾਲ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਵਕਵਕ ਪੈਟਰਨ ਵਕਵਕ ਕਪੜੇ ਦੀ ਕੁਆਲਿਟੀ ਦੇ ਨਾਲ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਸੈੱਟ ਕਪੜੇ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਐਵੇਂ ਨਹੀਂ ਕਿ ਆਪਣੀ ਕੋਈ ਇੱਕ ਸ਼ਾਪ ਹੈ ਜਾਂ ਦੋ ਸ਼ਾਪ ਹੈ ਨਾ ਜੀ ਨਾ ਪੂਰਾ ਫਲੋਰ ਆਪਣਾ ਹੀ ਹੈ ਰਿ ਇਨ ਕੇਸ ਤੁਹਾਨੂੰ ਕੋਈ ਪੀਸ ਇਹੋ ਜਿਹਾ ਹੁੰਦਾ ਹੈ ਕਿ ਡੈਮੇਜ ਹੋਵੇ ਜਾਂ ਕਲਰ ਫੇਡ ਹੋਵੇ ਕੋਈ ਲੋੜ ਨਹੀਂ ਤੁਸੀਂ ਉਹ ਰਿਪਲੇਸ ਕਰਵਾ ਸਕਦੇ ਹੋ ਤੁਸੀਂ ਕਾਲ ਕਰਕੇ ਉਹ ਸਾਨੂੰ ਰਿਟਰਨ ਕਰ ਦਿਓ ਤੁਹਾਨੂੰ ਦੂਜਾ ਪੀਸ ਦੇ ਦਿਆ ਜਾਊਗਾ ਹਾਂਜੀ ਅੱਜ ਤੁਸੀਂ ਵੇਖ ਰਹੇ ਹੋ ਕਿ ਆਪਣੇ ਕੋਲ ਕਿੰਨੇ ਸਾਰੇ ਸੂਟਾਂ ਦੇ ਕਲੈਕਸ਼ਨ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਡਿਜ਼ਾਈਨ ਵੱਖ-ਵੱਖ ਕਲੈਕਸ਼ਨ ਬਟ ਅੱਪਾ ਅੱਜ ਇਹਨਾਂ ਬਾਰੇ ਗੱਲ ਨਹੀਂ ਕਰਦੇ ਜੀ ਗੱਲ ਕਰਾਂਗੇ ਬਟ ਬਹੁਤਾ ਨਹੀਂ ਕਰਦੇ ਜੀ ਅੱਪਾ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਵੀ ਕਿਵੇਂ ਬਿਜ਼ਨਸ ਸਟਾਰਟ ਕਰ ਸਕਦੇ ਹੋ ਸੂਟਾਂ ਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਆਪ ਦੀ ਸੁਨੇਨਾ ਅੱਜ ਤੁਹਾਨੂੰ ਫੇਰ ਲੈ ਕੇ ਆ ਗਿਆ ਜੀ ਅਜਮੇਰਾ ਫੈਸ਼ਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਤੁਸੀਂ ਅਜਮੇਰਾ ਫੈਸ਼ਨ ਦੇ ਨਾਲ ਕਿਵੇਂ ਜੁੜ ਸਕਦੇ ਹੋ ਕਿਵੇਂ ਤੁਸੀਂ ਘਰ ਬੈਠੇ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਤਾਂ ਅੱਜ ਉਹ ਫੇਰ ਆਪਾਂ ਕਰਦੇ ਹਾਂ ਜੀ ਗੱਲ ਸਟਾਰਟਿੰਗ ਤੋਂ ਜਿਵੇਂ ਕਿ ਆਪਾਂ ਕਰਦੇ ਹਾਂ ਜੀ ਸਰ ਕਾਫੀ ਲੋਕ ਹੁੰਦੇ ਨੇ ਜਿਹੜੇ ਜੌਬ ਕਰਦੇ ਨੇ ਉਹਨਾਂ ਦੀ ਵਾਈਫ ਘਰੇ ਬੈਠੇ ਕੁਝ ਨਹੀਂ ਕਰਦੀ ਜੀ ਆਪਣੇ ਜਿੰਨੇ ਵੀ ਪੈਣਾ ਨੇ ਉਹ ਸੋਚਦਿਆਂ ਨੇ ਕਿ ਠੀਕ ਹੈ ਕਰਦਾ ਕੰਮ ਹੋ ਗਿਆ ਚਲੋ ਹੁਣ ਚੱਲੀ ਜਾਂਦਾ ਹੈ ਬਟ ਇੱਕ ਪ੍ਰਾਈਵੇਟ ਜੌਬ ਨਾਲ ਜਾਂ ਫਿਰ ਇੱਕ ਜੌਬ ਨਾਲ ਤਾਂ ਸਰ ਕੁਝ ਨਹੀਂ ਹੁੰਦਾ ਨਾ ਉਸੇ ਕਰਕੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਬਿਜ਼ਨਸ ਲੈ ਕੇ ਆਏ ਆ ਜੋ ਤੁਸੀਂ ਘਰੇ ਬੈਠੇ ਵੀ ਜਿੰਨੀਆਂ ਪੈਣਾ ਮੇਰੀਆਂ ਘਰੇ ਬੈਠਿਆ ਨੇ ਜਾਂ ਜਿੰਨੇ ਮੇਰੇ ਪ੍ਰਾਨੇ ਉਹ ਜਿਹੜੇ ਹਾਲੇ ਕੋਈ ਕੰਮ ਨਹੀਂ ਕਰਦੇ ਆ ਜਿਨ੍ਹਾਂ ਨੂੰ ਕੋਈ ਜੌਬ ਨਹੀਂ ਮਿਲੀ ਉਹ ਵੀ ਇਹ ਬਿਜ਼ਨਸ ਸਟਾਰਟ ਕਰ ਸਕਦੇ ਨੇ ਜਿਸ ਲਈ ਤੁਹਾਨੂੰ ਨੂੰ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨਾ ਹੈਗਾ ਜੀ ਤੁਸੀਂ ਕੇਵਲ 25 ਤੋਂ 30000 ਰੁਪਏ ਦੇ ਨਾਲ ਵੀ business start ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਆਪਾਂ ਸਿਰਫ ਸਿੰਗਲ ਐਵੇਂ ਨਹੀਂ ਕਹਿੰਦੇ ਕਿ ਤੁਸੀਂ ਇੱਕ ਹੀ ਪੀਸ ਦੇ ਜਾਂ ਫਿਰ ਇੱਕੋ ਸੈੱਟ ਦੇ ਅਲੱਗ-ਅਲੱਗ ਪੀਸ ਲੈ ਕੇ ਜਾਓ ਨਾ ਜੀ ਨਾ ਤੁਸੀਂ ਵੱਖ-ਵੱਖ ਡਿਜ਼ਾਈਨ ਵੱਖ-ਵੱਖ ਪੈਟਰਨ ਵੱਖ-ਵੱਖ ਕਪੜੇ ਦੀ ਕੁਆਲਿਟੀ ਦੇ ਨਾਲ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਸੈੱਟ ਕਪੜੇ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਆਪਾਂ ਤੁਹਾਨੂੰ ਇੱਕ ਵਾਰੀ ਪੀਸ ਦਿਖਾ ਦਿੰਨੇ ਆ ਕੁਝ ਸੈਂਪਲ ਦੇ ਲਈ ਤਾਂ ਕਿ ਤੁਹਾਨੂੰ ਵੀ ਆਈਡੀਆ ਆ ਜਾਵੇ ਕਿ ਆਪਾਂ ਕਿਵੇਂ-ਕਿਵੇਂ ਕਿਹੜੇ-ਕਿਹੜੇ ਕੱਪੜੇ ਦੇ ਨਾਲ ਤੁਸੀਂ ਡੀਲ ਕਰ ਸਕਦੇ ਹੋ ਹਾਂਜੀ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਇਹ ਸਾਰੇ ਕਲੈਕਸ਼ਨ ਆਪਣੇ ਚਲੋ ਮੈਂ ਤੁਹਾਨੂੰ ਇੱਕ ਕਲੈਕਸ਼ਨ ਦਿਖਾਈ ਦਿੰਨੇ ਆ ਆ ਵੇਖੋ ਜੀ ਇਹ ਜਿਹੜਾ ਆਪਣੇ ਪਹਿਣਾ ਕਾਲਜ ਜਾਂਦੀਆਂ ਨੇ ਯਾ ਫਿਰ ਆਫਿਸ ਜਾਂਦੀਆਂ ਨੇ ਯਾ ਜਿੰਨੇ ਮੇਰੀ ਮਾਤਾਵਾਂ ਉਹ ਜਿਹੜੇ ਘਰੇ ਰਹਿੰਦੀਆਂ ਨੇ ਉਹ ਵੀ ਨਾਰਮਲੀ ਇਸ ਸੂਟ ਪਾ ਲੈਂਦੀਆਂ ਨੇ ਇਹਦੇ ਨਾਲ ਇਹਦਾ ਬੋਟਮ ਵੀ ਹੈਗਾ ਜੀ ਠੀਕ ਹੈ ਨਾਲੇ ਤੁਹਾਨੂੰ ਮਿਲ ਜਾਂਦਾ ਦੁਪੱਟਾ ਆਪਣੇ 3 ਪੀਸ ਸੂਟ ਨੇ ਇਹ ਸਾਰੇ ਤੁਸੀਂ ਆਪਣੇ ਸ਼ਾਪ ਜਾਂ ਫਿਰ ਤੁਸੀਂ ਸ਼ੌਪ ਨਹੀਂ ਕਰਨਾ ਚਾਹੁੰਦੇ ਜਾਂ ਆਪਾਂ ਗੱਲ ਕਰਦੇ ਹਾਂ ਜੀ ਜਿੰਨੀਆਂ ਮੇਰੀ ਵਰਗੀਆਂ ਪੈਣਾ ਨੇ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਜਾਂ ਫਿਰ ਜਿਹੜਿਆਂ ਨੇ ਮਾਪੇ ਉਹਨਾਂ ਦੇ ਪੜਾਉਂਦੇ ਨੇ ਉਹ ਘਰੇ ਰਹਿੰਦੀਆਂ ਨੇ ਉਹਨਾਂ ਨੂੰ ਲੱਗਦਾ ਉਹ ਆਪਣਾ ਖਰਚਾ ਕਿਵੇਂ ਉਠਾਣਗੀਆਂ ਤਾਂ ਟੈਨਸ਼ਨ ਨਾ ਲਓ ਜੀ ਤੁਸੀਂ ਉਹਨਾਂ ਵਾਸਤੇ ਹੀ ਮੈਂ ਅੱਜ ਲੈ ਕੇ ਆਈਆਂ ਜੀ ਇਹ ਬਿਜ਼ਨਸ ਤੁਸੀਂ ਘਰ ਤੋਂ ਵੀ ਸਟਾਰਟ ਕਰ ਸਕਦੇ ਹੋ ਜ ਜਿਹਦੇ ਵਿੱਚ ਤੁਹਾਨੂੰ ਕੰਮ ਤੋਂ ਕੰਮ ਮਤਲਬ ਥੋੜੇ ਤੋਂ ਥੋੜਾ ਜਿੰਨਾ ਤੁਸੀਂ ਅਮਾਊਂਟ ਡਾਲ ਕੇ ਵੀ ਮਤਲਬ ਕਹਿ ਸਕਦੇ ਆ ਆਪਾਂ 20-25000 ਰੁਪਏ ਐ ਨਹੀਂ ਐਨਾ ਕੁ ਤਾਂ ਤੁਸੀਂ ਵੀ ਆਪਣੇ ਸੇਵਿੰਗ ਕਰਕੇ ਵੀ ਕਰ ਸਕਦੇ ਹੋ ਜਿਹੜੀ ਇਹ ਮੇਰੀਆਂ ਭੈਣਾਂ ਨੇ ਉਹ ਆਪਣੇ ਹਸਬੰਡ ਦੀਆਂ ਜਾਂ ਫਿਰ ਮਾਪਿਓ ਜਿਹੜੇ ਨੂੰ ਉਹਨਾਂ ਦਿੰਦੇ ਨੇ ਜਾਂ ਫਿਰ ਆਪਣੇ ਤੇ ਇੱਕ ਰਿਵਾਜ ਹੈਗਾ ਨਾ ਜਿਹੜੇ ਆਪਣੇ ਰਿਸ਼ਤੇਦਾਰ ਘਰੇ ਆਉਂਦੇ ਨੇ ਉਹ ਵੀ ਲੈ ਕੇ ਆਉਂਦੇ ਨੇ ਤਾਂ ਉਹ ਵੀ ਕੁਝ ਨਾ ਕੁਝ ਦੇ ਕੇ ਹੀ ਜਾਂਦੇ ਆ ਠੀਕ ਹੈ ਜੀ ਉਸ ਤੁਸੀਂ ਸੇਵ ਕਰ ਸਕਦੇ ਹੋ ਉਹਨਾਂ ਦੀ ਸੇਵਿੰਗ ਨਾਲ ਤੁਸੀਂ ਆਪ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜਿਹਦੇ ਲਈ ਤੁਹਾਨੂੰ ਕਿਸੇ ਦੇ ਕੋਲ ਐਵੇਂ ਨੀਵਾ ਹੋਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਮੈਨੂੰ 2-4 ਰੁਪਏ ਦੋ ਤਾਂ ਮੈਂ ਕੁਝ ਕਰ ਸਕਾਂ ਕਈ ਵਾਰੀ ਹੁੰਦਾ ਹੈ ਕਿ ਆਪਣੇ ਆਪਣੇ ਮਾਪਿਓ ਨੂੰ ਜਾਂ ਫਿਰ ਆਪਣੇ ਹਸਬੰਡ ਨੂੰ ਦੇ ਨੇ ਉਹਨਾਂ ਨੂੰ ਆਪਾਂ ਕਹਿ ਨਹੀਂ ਸਕਦੇ ਤਾਂ ਕੋਈ ਗੱਲ ਨਹੀਂ ਜੀ ਤੁਸੀਂ ਖੁਦ ਦਾ ਬਿਜ਼ਨਸ ਸਟਾਰਟ ਕਰੋ ਆਪਦਾ ਕਰੋਗੇ ਤਾਂ ਤੁਸੀਂ ਆਪ ਕੌਨਫੀਡੈਂਟ ਹੋ ਜਾਓਗੇ ਇੱਕ ਹੁੰਦਾ ਹੈ ਨਾ ਹਾਂਜੀ ਮੈਂ ਆਪਣੇ ਆਪ ਦੇ ਪੈਰਾਂ 'ਤੇ ਖੜੇ ਹੋਣਾ ਚਾਹੁੰਦੀ ਆਂ ਕਈ ਵਾਰੀ ਪੜ੍ਹ ਲਿਖ ਕੇ ਨਹੀਂ ਹੋ ਸਕਦੇ ਕੋਈ ਨਹੀਂ ਤੁਸੀਂ ਬਿਜ਼ਨਸ ਕਰਕੇ ਹੋ ਸਕਦੇ ਹੋ ਜਿੰਨਾ ਕਰਕੇ ਤੁਸੀਂ ਜਿਹੜੇ ਵੀ ਆਪਣੇ ਕੋਲ ਮਟੀਰੀਅਲ ਨੇ ਜਿਵੇਂ ਆਪਣਾ ਸੂਟ ਹੈ ਜੀ ਉਹ 78 78 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜੀ ਮਿਨੀਮਮ ਠੀਕ ਹੈ ਜਿੰਨੇ ਨੂੰ ਤੁਸੀਂ ਸੇਲ ਕਰੋਗੇ 150 ਰੁਪਏ 200 ਰੁਪਏ ਤੁਸੀਂ ਆਰਾਮ ਨਾਲ ਉਹਨਾਂ ਨੂੰ ਸੇਲ ਕਰ ਸਕਦੇ ਹੋ ਠੀਕ ਹੈ ਇਸ ਕਰਕੇ ਤੁਸੀਂ ਆਪਣੇ ਬਿਜ਼ਨਸ ਨੂੰ ਵਧਾ ਸਕਦੇ ਹੋ ਇਹ ਕਰਕੇ ਤੁਸੀਂ ਆਪਣੇ ਆਪ ਆਪਣੇ ਪੈਰਾਂ ਤੇ ਖੜੇ ਹੋ ਜਾਓਗੇ ਤੁਹਾਨੂੰ ਕਿਸੇ ਦੀ ਲੋੜ ਨਹੀਂ ਜੀ ਕਿ ਕੋਈ ਤੁਹਾਡੇ ਨਾਲ ਖੜਾ ਹੋਊਗਾ ਜਾਂ ਤੁਹਾਨੂੰ ਕੋਈ ਦੋ ਪੈਸੇ ਦੇਊਗਾ ਤਾਂ ਤੁਸੀਂ ਆਪਣਾ ਕੰਮ ਚਲਾਉਂਗੇ ਨਾ ਜੀ ਨਾ ਤੁਸੀਂ ਆਪ ਵੀ ਕਰ ਸਕਦੇ ਹੋ ਤਾਂ ਹੀ ਮੈਂ ਤੁਹਾਨੂੰ ਕਹਿਣਾ ਚਾਹੁੰਨੀ ਆ ਜੇ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਤੁਸੀਂ ਸੋਚ ਰਹੇ ਹੋ ਕਿ ਹਾਂ ਮੈਂ ਆਪਣਾ ਕੁਝ ਕਰਾਂ ਜਾਂ ਫਿਰ ਮੈਂ ਆਪਣੇ ਦਮ ਤੇ ਕੁਝ ਬਣਾ ਤਾਂ ਕੋਈ ਗੱਲ ਨਹੀਂ ਜੀ ਅੱਜ ਤੁਹਾਨੂੰ ਇਹ ਸਟੈਂਡ ਅਜਮੇਰਾ ਫੈਸ਼ਨ ਦਊਗਾ ਜੀ ਅਜਮੇਰਾ ਫੈਸ਼ਨ ਸੂਰਤ ਦੀ ਨੰਬਰ 1 ਮੈਨੂਫੈਕਚਰਿੰਗ ਕੰਪਨੀ ਹੈ ਜੀ ਜੇ ਮੈਂ ਕਹਿੰਦਾ ਸਭ ਤੋਂ ਵੱਡੀ ਸੂਰਤ ਦੀ ਨੰਬਰ 1 ਮੈਨੂਫੈਕਚਰਿੰਗ ਕੰਪਨੀ ਜਿਹੜੀ ਅੱਜ ਦੀਆਂ ਜਿਹੜੀਆਂ ਕੁੜੀਆਂ ਨੇ ਲੇਡੀਜ਼ ਨੇ ਜਾਂ ਫਿਰ ਜਿਹੜੇ ਹੋਰ ਵੀ ਮੇਰੇ ਭੈਣ ਭਰਾ ਨੇ ਜਿਨ੍ਹਾਂ ਕੋਲ ਕੋਈ ਕੰਮ ਹੈ ਨਹੀਂ ਜੀ ਉਹਨਾਂ ਨੂੰ ਵੀ ਇਹ ਆਈਡੀਆਸ ਦਿੰਦੀ ਹੈ ਉਹਨਾਂ ਨੂੰ ਵੀ ਦੱਸਦੀ ਹੈ ਕਿ ਹਾਂ ਤੁਸੀਂ ਵੀ ਆਪਣੇ ਘਰ ਬੈਠੇ ਵੀ ਬਿਜ਼ਨਸ ਸਟਾਰਟ ਕਰ ਸਕਦੇ ਹੋ ਠੀਕ ਹੈ ਜੀ ਉਸ ਕਰਕੇ ਤੁਹਾਨੂੰ ਕੰਮ ਕੀ ਕਰਨਾ ਹੈ ਜੀ ਜੇ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਆਪਾਂ ਪਹਿਲਾਂ ਘਰ ਬੈਠੇ ਹੀ ਗੱਲ ਕਰ ਲੈਨੇ ਆ ਜੀ ਕਈ ਵਾਰੀ ਹੁੰਦਾ ਹੈ ਕਿ ਆਪਾਂ ਸੁਧਿਆਰ ਸੂਰਤ ਦਾ ਪੰਜਾਬ ਤੋਂ ਬਹਾਵਾ ਦੂਰ ਹੈ ਆਪਾਂ ਕਿਵੇਂ ਜਾਵਾਂਗੇ ਕੋਈ ਗੱਲ ਨਹੀਂ ਜੀ ਇੱਕ ਸਕਰੀਨ ਤੇ ਤੁਹਾਨੂੰ ਨੰਬਰ ਸ਼ੋ ਹੋ ਰਿਆ ਹੋਏਗਾ ਉਹਦੇ ਤੇ ਤੁਸੀਂ ਕਾਲ ਕਰਿਓ ਤੁਸੀਂ ਪੰਜਾਬੀ ਬੋਲਦੇ ਹੋ ਤੁਹਾਨੂੰ ਪੰਜਾਬ ਦਾ ਬੰਦਾ ਮਿਲ ਜੂਗਾ ਉਹ ਜਿਹੜਾ ਸੇਲਸ ਟੀਮ ਹੈ ਉਹ ਤੁਹਾਨੂੰ ਸਾਰੇ ਇਨਫੋਰਮੇਸ਼ਨ ਦੇ ਦੇਗਾ ਤੁਸੀਂ ਚਾਹਦੇ ਹੋ ਕਿ ਤੁਹਾਨੂੰ WhatsApp ਤੇ ਪਿਕ ਚਾਹੀਦੀ ਹੈ ओरिजिनल ਉਹ ਤੁਹਾਨੂੰ WhatsApp ਤੇ ਪਿਕ ਵੀ ਸ਼ੇਅਰ ਕਰੂਗਾ ਤੇ ਨਾਲੇ ਤੁਹਾਨੂੰ ਵੀਡੀਓ ਕਾਲ ਦੇ ਜ਼ਰੀਏ ਵੀ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਵਿਖਾ ਦੇਣਗੇ ਇਹ ਸਾਰੀਆਂ ਚੀਜ਼ਾਂ ਵੇਖਣ ਨਾਲ ਤੁਸੀਂ ਸਿਲੇਕਟ ਕਰ ਸਕਦੇ ਹੋ ਕਿ ਤੁਹਾਨੂੰ ਕਿਹੜਾ ਆਈਟਮ ਚਾਹੀਦਾ ਹੈ ਜਿਹੜੀ ਵੀ ਤੁਸੀਂ ਆਈਟਮ ਲਈ ਬੋਲੋਗੇ ਉਹ ਤੁਹਾਨੂੰ ਸਿੰਗਲ ਪੀਸ ਨਹੀਂ ਮਿਲੂਗਾ ਜੀ ਕਿਉਂਕਿ ਦੇਖੋ ਸਿੰਗਲ ਪੀਸ ਆਪਾਂ ਰੱਖਦੇ ਨਹੀਂ ਜੀ ਔਰ ਨਾ ਹੀ ਸਿੰਗਲ ਪੀਸ ਆਪਾਂ ਦੇਨੇ ਆਪਣੇ ਕੋਲ ਆਉਂਦਾ ਹੈ ਸੈੱਟ ਕਿਉਂਕਿ ਆਪਾਂ ਖੁਦ ਮੈਨੂਫੈਕਚਰਿੰਗ ਕਰਦੇ ਆ ਸੈੱਟ ਬਣਦਾ ਹੈ ਜੀ ਡਿਫਰੈਂਟ ਡਿਫਰੈਂਟ ਕਲਰ ਦਾ ਜਾਂ ਤੁਸੀਂ ਕਹਿ ਸਕਦੇ ਹੋ ਡਿਫਰੈਂਟ ਡਿਫਰੈਂਟ ਡਿਜ਼ਾਈਨਸ ਦਾ ਜਿਵੇਂ ਤੁਸੀਂ ਆ ਵੀ ਵੇਖ ਸਕਦੇ ਹੋ ਇਹਦੇ ਨਾਲ ਦੇ ਵੀ ਤੁਹਾਨੂੰ 4 ਕਲਰ 5 ਕਲਰ 6 ਕਲਰ ਮਿਲ ਜਾਣਗੇ ਤੇ ਨਾਲੇ ਸੇਮ ਇਸੇ ਤਰ੍ਹਾਂ ਦੇ ਇਹ ਤੁਹਾਨੂੰ ਸੈੱਟ ਵਾਈਜ਼ ਮਿਲਣਗੇ ਤੁਸੀਂ ਸੈੱਟ ਲੈ ਕੇ ਜਾਓ ਮੈਂ ਤੁਹਾਨੂੰ ਨਹੀਂ ਕਹਿੰਦੀ ਕਿ ਤੁਸੀਂ ਸਾਰੇ ਸੈੱਟ ਇਸੇ ਦੇ ਲੈ ਕੇ ਜਾਓ ਨਹੀਂ ਜੀ ਤੁਸੀਂ ਇਹਦੇ ਵੀ ਸੈੱਟ ਲੈ ਕੇ ਜਾ ਸਕਦੇ ਹੋ ਠੀਕ ਹੈ ਉਹ ਤੁਹਾਨੂੰ ਵੱਖ-ਵੱਖ ਕਰਕੇ ਜਿਹੜੇ ਵੀ ਤੁਹਾਡੀ ਡਿਮਾਂਡ ਹੋਵੇ ਉਹ ਸਾਰੀਆਂ ਠੀਕ ਹੈ ਜੀ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਦੱਸਦਾ ਕਿ ਜੇ ਤੁਸੀਂ ਆਣਾ ਚਾਹੁੰਦੇ ਹੋ ਤਾਂ ਤੁਸੀਂ ਕਿਵੇਂ ਆਓਗੇ ਚਲੋ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਜੀ ਆਪਾਂ ਸੂਰਤ ਤੋਂ ਪਹੁੰਚ ਗਏ ਤੁਸੀਂ ਆਏ ਟ੍ਰੇਨ ਤੋਂ ਤੁਸੀਂ ਰੇਲਵੇ ਸਟੇਸ਼ਨ ਪਹੁੰਚ ਗਏ ਅਬ ਤੁਹਾਨੂੰ ਐਵੇਂ ਲੱਗਦਾ ਹੈ ਕਿ ਹੁਣ ਆਪਾਂ ਜਾਈਏ ਕਿਵੇਂ ਕਈ ਵਾਰੀ ਹੁੰਦਾ ਹੈ ਕਿ ਆਪਾਂ ਨੂੰ ਵਾਵਾ ਬ੍ਰੋਕਰ ਮਿਲ ਜਾਂਦੇ ਵਿਚਾਲੇ ਉਹ ਫਿਰ ਤੁਹਾਨੂੰ ਸਹੀ ਥਾਂ ਤੇ ਨਹੀਂ ਲੈ ਕੇ ਜਾਂਦੇ ਜੀ ਕਈ ਵਾਰੀ ਇਹ ਜਿਹੜੇ ਥਾਂ ਹੁੰਦੀ ਹੈ ਜਿੱਥੇ ਵੀ ਉਹਨਾਂ ਦਾ ਮਟੀਰੀਅਲ ਤਾਂ ਜਾਂਦਾ ਹੈ ਨਹੀਂ ਉਹ ਖੁਦ ਕਿਤੋਂ ਦੀ ਲੈ ਕੇ ਵੇਚਦੇ ਆ ਉਹ ਤੁਹਾਨੂੰ ਉੱਥੇ ਜਿਲੇ ਜਾ ਕੇ ਉਠਾ ਦਿੰਦੇ ਆ ਫਿਰ ਤੁਸੀਂ ਸੋਚਦੇ ਹੋ ਯਾਰ ਆਪਾਂ ਤਾਂ ਗਏ ਸੀਗੇ ਇਹ ਕਿੰਨਾ ਘਟਿਆ ਮਟੀਰੀਅਲ ਆਪਾਂ ਲੈ ਕੇ ਆ ਗਏ ਫਿਰ ਤੁਹਾਨੂੰ ਲੱਗਦਾ ਹੈ ਕਿ ਆਪਾਂ ਗਲਤ ਫਸ ਗਏ ਨਾ ਜੀ ਨਾ ਐਵੇਂ ਨਾ ਕਰਿਓ ਸਕਰੀਨ ਤੇ ਜਿਹੜਾ ਨੰਬਰ ਹੈ ਤੁਸੀਂ ਉਹਨਾਂ ਨੂੰ ਕਾਲ ਕਰ ਰਹੇ ਹੋ ਉਹ ਤੁਹਾਨੂੰ ਜਿੱਥੇ ਤੁਸੀਂ ਖੜੇ ਹੋਵੋਗੇ ਉੱਥੋਂ ਦੇ ਪਿਕ ਐਂਡ ਡ੍ਰੌਪ ਦੋਵੇਂ ਆਪਸ਼ਨ ਸਾਡੇ ਕੋਲ ਨੇ ਤੁਸੀਂ ਜੇ ਨਹੀਂ ਵੀ ਪਹੁੰਚ ਸਕਦੇ ਨਾ ਡਾਇਰੈਕਟ ਇੱਥੇ ਕੋਈ ਗੱਲ ਨਹੀਂ ਜੀ ਤੁਹਾਨੂੰ ਲੈ ਕੇ ਆਵਾਂਗੇ ਤੇ ਤੁਹਾਨੂੰ ਛੱਡਾਂਗੇ ਵੀ ਉਹ ਟੈਨਸ਼ਨ ਵੀ ਤੁਸੀਂ ਨਾ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪੇ ਆ ਸਕਦੇ ਹੋ ਤਾਂ ਫਿਰ ਕੋਈ ਗੱਲ ਨਹੀਂ ਜੀ ਸਟੇਸ਼ਨ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈਗਾ ਜੀ ਆਪਣਾ ਰਗੂਕੂਲ ਟੈਕਸਟਾਈਲ ਮਾਰਕੀਟ ਹਾਂਜੀ ਰਗੂਕੂਲ ਟੈਕਸਟਾਈਲ ਮਾਰਕੀਟ ਜਿਹਦੇ ਵਿੱਚ ਤੁਹਾਨੂੰ 15 ਨੰਬਰ ਲਿਫਟ ਮਿਲੇਗੀ 15 ਨੰਬਰ ਲਿਫਟ ਤੋਂ ਤੁਸੀਂ 3rd ਫਲੋਰ ਤੇ ਆ ਜਿਓ ਉੱਥੇ ਤੁਹਾਨੂੰ ਅਜਮੀਰਾ ਫੈਸ਼ਨ ਦਿਖਜੂਗਾ ਜੀ ਵਾਹ ਵਾ ਵੱਡੇ ਦੂਰ ਤੇ ਫੈਲਿਆ ਹੋਇਆ ਐ ਐਵੇਂ ਨਹੀਂ ਕਿ ਆਪਣੀ ਕੋਈ ਇੱਕ ਸ਼ਾਪ ਹੈ ਜਾਂ ਦੋ ਸ਼ਾਪ ਹੈ ਨਾ ਜੀ ਨਾ ਪੂਰਾ ਫਲੋਰ ਆਪਣਾ ਹੀ ਹੈ ਜੀ ਤੁਹਾਨੂੰ ਦਿਸਦੂਗਾ ਅਜਮੇਰਾ ਫੈਸ਼ਨ ਤੁਸੀਂ ਕਿਸੇ ਨੂੰ ਵੀ ਪੁੱਛ ਲਿਓ ਕਿ ਸਰ ਜੀ ਰਿਸੈਪਸ਼ਨ ਕਿੱਥੇ ਹੈ ਉਹ ਤੁਹਾਨੂੰ ਦੱਸ ਦੇਣਗੇ ਰਿਸੈਪਸ਼ਨ ਤੇ ਜਾ ਕੇ ਤੁਸੀਂ ਉਹ ਵੀ ਕਹਿ ਦਿਓ ਉਹ ਤੁਹਾਨੂੰ ਜਦੋਂ ਤੁਸੀਂ ਆਪਣੀ ਲੈਂਗੁਏਜ ਬਤਾਉਂਗੇ ਉਹ ਤੁਹਾਨੂੰ ਤੁਹਾਡੀ ਲੈਂਗੁਏਜ ਦਾ ਸੇਲਸ ਟੀਮ ਮੈਂਬਰ ਦੇ ਦੇਣਗੇ ਫਿਰ ਜਿਹੜੀਆਂ ਚੀਜ਼ਾਂ ਤੁਸੀਂ ਲੈਣਾ ਚਾਹੁੰਦੇ ਹੋ ਮੇਰੇ ਪਿੱਛੇ ਵੀ ਤੁਸੀਂ ਵੇਖ ਸਕਦੇ ਹੋ ਆ ਵੇਖੋ ਸਾਰੀਆਂ ਸੁੱਟੇ ਦੇ ਮਟੀਰੀਅਲ ਰੱਖੇ ਹੋਏ ਨੇ ਤੇ ਮੇਰੇ ਅੱਗੇ ਵੀ ਰੱਖੇ ਹੋਏ ਨੇ ਤੁਸੀਂ ਉਹ ਇੱਥੋਂ ਲੈ ਕੇ ਆਰਾਮ ਨਾਲ ਜਾ ਸਕਦੇ ਹੋ ਇਨ ਕੇਸ ਜੇ ਤੁਹਾਡਾ ਮਟੀਰੀਅਲ ਐਵੇਂ ਹੁੰਦਾ ਹੈ ਕਿ ਹਾਂਜੀ ਵਿਕ ਗਿਆ ਤੁਹਾਨੂੰ ਫੇਰ ਚਾਹੀਦਾ ਹੈ ਤੁਸੀਂ ਅਗਰ ਜੇ ਨਹੀਂ ਆਉਣਾ ਚਾਹੁੰਦੇ ਤਾਂ ਵੀ ਤੁਸੀਂ ਵੀਡੀਓ ਕਾਲ ਕਰਕੇ ਦੇਖ ਕੇ ਵੀ ਮੰਗਵਾ ਸਕਦੇ ਹੋ ਕਿਉਂਕਿ ਤੁਹਾਡਾ ਐਡਰੈਸ ਸਾਡੇ ਕੋਲ ਪਹਿਲਾਂ ਦਾ ਵੀ ਹੋਊਗਾ ਤੇ ਫਿਰ ਤੁਹਾਨੂੰ ਦੱਸ ਦਿੰਨੇ ਆ ਜੀ ਤੁਹਾਡੇ ਟਰਾਂਸਪੋਰਟ ਦੀ ਗਾਰੰਟੀ ਕਈ ਵਾਰੀ ਹੁੰਦਾ ਹੈ ਕਿ ਆਪਾਂ ਚੀਜ਼ ਤਾਂ ਸਿਲੈਕਟ ਕਰ ਲੈਨੇ ਆ ਐਨਾਂ ਕੇ ਪਾਰ ਆਪਾਂ ਚੱਕੇ ਕਿਵੇਂ ਜਾਵਾਂਗੇ ਤਾਂ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਭਾਰ ਚੱਕਣ ਦੀ ਲੋੜ ਨਹੀਂ ਸਾਡੇ ਕੋਲ ਟਰਾਂਸਪੋਰਟ ਫੈਸਿਲਿਟੀ ਅਵੇਲੇਬਲ ਹੈ ਤੁਸੀਂ ਤੁਹਾਡਾ ਆਈਡੀ ਪ੍ਰੂਫ ਲੈ ਕੇ ਆਇਓ ਇੱਥੇ ਦੇਣ ਤੋਂ ਬਾਅਦ ਇਹ ਤੁਹਾਡਾ ਟਰਾਂਸਪੋਰਟ ਨਾਲ ਸਾਰਾ ਪ੍ਰੋਡਕਟ ਪੇਸ ਦੇਣਗੇ ਉਹਦੇ ਵਿੱਚ ਜਦੋਂ ਤੱਕ ਥੋੜਾ ਮਟੀਰੀਅਲ ਤੁਹਾਨੂੰ ਨਹੀਂ ਮਿਲ ਜੂਗਾ ਉਹਦੀ ਸਾਰੀ ਰਿਸਪੌਂਸਿਬਿਲਟੀ ਸਾਡੇ ਅਜਮੇਰਾ ਫੈਸ਼ਨ ਦੀ ਹੁੰਦੀ ਹੈ ਜੀ ਜਦੋਂ ਤੁਹਾਡਾ ਮਟੀਰੀਅਲ ਤੁਹਾਡੇ ਕੋਲ ਪਹੁੰਚਦੇ ਉਦੋਂ ਬਾਅਦ ਸਾਡੇ ਟੀਮ ਮੈਂਬਰ ਤੁਹਾਨੂੰ ਕਾਲ ਆਊਗਾ ਉਹ ਤੁਹਾਨੂੰ ਪੁੱਛਣਗੇ ਫੀਡਬੈਕ ਲੈਣ ਲਈ ਤੁਸੀਂ ਦੱਸ ਸਕਦੇ ਹੋ ਤੁਹਾਡਾ ਜੋ ਵੀ ਫੀਡਬੈਕ ਰਿਹਾ ਇਨ ਕੇਸ ਤੁਹਾਨੂੰ ਕੋਈ ਪੀਸ ਇਹੋ ਜਿਹਾ ਹੁੰਦਾ ਹੈ ਕਿ ਡੈਮੇਜ ਹੋਵੇ ਜਾਂ ਕਲਰ ਫੇਡ ਹੋਵੇ ਕੋਈ ਲੋੜ ਨਹੀਂ ਤੁਸੀਂ ਉਹ ਰਿਪਲੇਸ ਕਰਵਾ ਸਕਦੇ ਹੋ ਤੁਸੀਂ ਕਾਲ ਕਰਕੇ ਉਹ ਸਾਨੂੰ ਰਿਟਰਨ ਕਰ ਦਿਓ ਤੁਹਾਨੂੰ ਦੂਜਾ ਪੀਸ ਦੇ ਦਿਆ ਜਾਊਗਾ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਅੱਜ ਦੇ ਵੀਡੀਓ 'ਚ ਇਸ ਲਈ ਦੱਸੀ ਐ ਤਾਂ ਕਿ ਤੁਸੀਂ ਐਵੇਂ ਨਾ ਸੋਚੋ ਕਿ ਆਪਾਂ ਨਿਠੱਲੇ ਬੈਠੇ ਆਂ ਜੀ ਆਪਾਂ ਕੁਝ ਨਹੀਂ ਕਰ ਸਕਦੇ ਜਾਂ ਫਿਰ ਤੁਹਾਡਾ ਕੌਨਫੀਡੈਂਸ ਲੋ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੁੜੀ ਨੂੰ ਕਿਸੇ ਵੀ ਪਹਿਣ ਪਰਾਨ ਨੂੰ ਆਪਣਾ ਕੌਨਫੀਡੈਂਸ ਇਹੋ ਜਿਹਾ ਰੱਖਣਾ ਚਾਹੀਦਾ ਜਿੰਨੂੰ ਕੋ ਆਪਣੀ ਹਾਈਟ ਹੁੰਦੀ ਹੈ ਨਾ ਉਸ ਤੋਂ ਵੀ ਵੱਧ ਕੇ ਤਾਂ ਕਿ ਆਪਾਂ ਜੋ ਕਰ ਸਕਦੇ ਆ ਨਾ ਉਹ ਕੋਈ ਨਹੀਂ ਕਰ ਸਕਦਾ ਛੇਤੀ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰੋ ਅੱਜ ਸਾਡੇ ਅਜਮੇਰਾ ਫੈਸ਼ਨ ਦੇ ਨਾਲ ਜੁੜਜੋ ਅੱਜ ਹੀ ਠੀਕ ਹੈ ਜੀ ਨਾਲੇ ਸਾਡੇ ਜਿਹੜੇ ਪੈਣਪਰਾ ਇਹ ਚੈਨਲ ਨੂੰ ਦੇਖ ਰਹੇ ਨੇ ਇਹ ਵੀਡੀਓ ਨੂੰ ਦੇਖ ਰਹੇ ਨੇ ਉਹ ਕਰ ਲਓ ਜੀ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਠੀਕ ਹੈ ਕਮੈਂਟ ਕਰਨਾ ਨਾ ਭੁੱਲਿਓ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਜਾਂ ਫਿਰ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਆਪਾਂ ਫੇਰ ਮਿਲਾਂਗੇ ਜੀ ਤੁਹਾਨੂੰ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਸਤਿ ਸ੍ਰੀ ਅਕਾਲ